ਤੁਸੀਂ ਟੈਂਸ ਗ੍ਰਿਟੀ ਸਟਰਕਚਰ ਨੂੰ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਤੁਹਾਨੂੰ 3 ਕੜਕ ਸਟ੍ਰਾਅ, 4 ਗੁੱਛੇ ਉੱਨ ਦੇ ਚਾਹੀਦੇ ਹੋਣਗੇ। 17 ਸੈਂਟੀਮੀਟਰ ਲੰਬੇ ਪਾਈਪ ਲਵੋ, ਦੋਵੇਂ ਕੋਨਿਆਂ 'ਤੇ ਟੇਪ ਲਗਾਓ ਅਤੇ ਅੱਧੇ ਸੈਂਟੀਮੀਟਰ ਦਾ ਚੀਰ ਲਗਾ ਦਿਓ। ਤਿੰਨੋਂ ਪਾਈਪਾਂ ਵਿੱਚੋਂ ਲਗਾਓ। ਚੀਰਿਆਂ ਦੇ ਵਿਚਕਾਰਲੀ ਦੂਰੀ 16 ਸੈਂਟੀਮੀਟਰ ਹੋਵੇਗੀ। ਸਾਰੇ ਧਾਗਿਆਂ ਦੇ ਗੁੱਛਿਆਂ ਦਾ ਪੈਰੀਮੀਟਰ 36 ਸੈਂਟੀਮੀਟਰ ਹੋਵੇਗਾ। ਪਾਈਪਾਂ ਨੂੰ ਰਾਈਟ ਐਂਗਲ 'ਤੇ ਪਕੜੋ। ਹਰਾ ਗੁੱਛਾ ਲਵੋ ਅਤੇ ਤ੍ਰਿਕੋਣ ਬਣਾਉਣ ਲਈ ਉਸ ਨੂੰ ਅੰਦਰ ਪਾਓ। ਹੁਣ ਉੱਨ ਦਾ ਰੈੱਡ ਲੂਪ ਲਓ ਅਤੇ ਉਸ ਵਿੱਚ ਅਤੇ ਨਾਲ ਯੈਲੋ ਅਤੇ ਅੰਤ ਵਿੱਚ ਭੂਰਾ ਗੁੱਛਾ ਅੰਦਰ ਪਾਉਣ 'ਤੇ ਓਕਟਾਹੈਡਰਨ ਪੂਰਾ ਹੋ ਜਾਵੇਗਾ। ਥਰੈੱਡ ਲੂਪ ਜਾਂ ਉੱਨ ਦਾ ਧਾਗਾ ਟੈਂਸ਼ਨ ਅਤੇ ਸਟ੍ਰੋਜ ਨਾਲ ਉਹ ਕੰਪਰੈਸ਼ਨ ਆ ਜਾਏਗਾ। ਇਹ ਇੱਕ ਬਹੁਤ ਸੋਹਣਾ ਮਾਡਲ ਹੈ। ਤੁਸੀਂ ਇਸ ਮਾਡਲ ਨੂੰ ਰਬੜ ਬੈਂਡ ਅਤੇ ਸਖਤ ਪਾਈਪਾਂ ਨਾਲ ਵੀ ਬਣਾ ਸਕਦੇ ਹੋ। 15 ਸੈਂਟੀਮੀਟਰ ਲੰਬੀਆਂ ਪਾਈਪਾਂ ਅਤੇ 35 ਸੈਂਟੀਮੀਟਰ ਲੰਬੇ ਗੁੱਛਿਆਂ ਜੋੜ ਕੇ ਆਈਕੋਸਾ ਹੈਡਨ ਨੂੰ ਪੂਰਾ ਕਰੋ। ਦੋਸਤ ਦੀ ਸਹਾਇਤਾ ਨਾਲ ਤੁਸੀਂ ਇਸ ਮਾਡਲ ਨੂੰ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਹਰੇ ਅਤੇ ਲਾਲ ਗੁੱਛਿਆਂ ਨੂੰ ਆਪਸ ਵਿੱਚ ਜੋੜੋ। ਅੰਤ ਵਿੱਚ ਪੀਲਾ ਗੁੱਛਾ ਜੋੜ ਕੇ ਆਈਕੋਸਾ ਹੈਡਨ ਨੂੰ ਪੂਰਾ ਕਰੋ। ਔਲ ਜਿਹੜੇ ਵੀ ਸ਼ੇਪਸ ਨੇ ਇਹ ਕੰਪਰੈਸ਼ਨ ਅਤੇ ਧਾਗੇ ਦੇ ਲੂਪਸ ਦੇ ਨਾਲ ਟੈਂਸ਼ਨ ਨਾਲ ਬਣਾਏ ਗਏ ਹਨ। ਤੁਸੀਂ ਝਾੜੂ ਦੀਆਂ ਤੀਲੀਆਂ ਅਤੇ ਧਾਗੇ ਦੇ ਗੁੱਛਿਆਂ ਨਾਲ ਇੱਕ ਵੱਡਾ ਮਾਡਲ ਬਣਾ ਸਕਦੇ ਹੋ।